ਜਾਣਦੇ ਹੋ ਕਿ ਜਲੰਧਰ ਦੇ ਇੱਕ ਮਸ਼ਹੂਰ ਸਕੂਲ ਤੋਂ ਦੋ ਲੜਕੀਆਂ ਗਾਇਬ ਹੋਈਆਂ ਸੀਗੀ 2 ਤਾਰੀਖ ਨੂੰ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਲੇਟ ਈਵਨਿੰਗ ਜਦੋਂ ਉਹ ਸਾਨੂੰ ਇਨਫੋਰਮੇਸ਼ਨ ਮਿਲੀ ਮਾਨਯੋਗ CP ਸਾਹਿਬ ਦੇ ਨਿਰਦੇਸ਼ ਨੇ ਅਤੇ ਉਹਨਾਂ ਨੇ ਸਾਨੂੰ ਗਾਈਡ ਕੀਤਾ। ਅਸੀਂ ਜਿਹੜੇ ਵੱਖ ਵੱਖ ਥਾਵਾਂ 'ਤੇ ਅਸੀਂ ਚੈਕਿੰਗ ਕਰਵਾਈ ਹੈ, ਜਿਹੜੇ ਵੀ ਪਬਲਿਕ ਪਲੇਸਿਸ ਹੈਗੇ, ਰੇਲਵੇ ਸਟੇਸ਼ਨ, ਬੱਸ ਸਟੈਂਡ, ਹੋਟਲਸ, ਲੋਜ, ਗੁਰਦੁਆਰਾ ਸਾਹਿਬ, ਮੰਦਿਰ, ਇਸ ਤੋਂ ਇਲਾਵਾ ਜਿਹੜੇ ਵੀ ਪੋਸੀਬਲ ਪਲੇਸਿਸ ਸੀ ਉੱਥੇ ਅਸੀਂ ਪੂਰੀ ਚੈਕਿੰਗ ਅਸੀਂ ਕਰਵਾਇਆ ਹੈਗਾ। ਇਸ ਤੋਂ ਇਲਾਵਾ ਅਸੀਂ ਵੱਖ ਵੱਖ ਟੀਮਾਂ ਲਾ ਕੇ ਅਸੀਂ CCTV ਫੁਟੇਜ ਵੱਲੋਂ ਵੀ ਉਹਦੇ 'ਚ ਵੀ ਕੰਮ ਕੀਤਾ ਸੀ। ਇਸ ਤੋਂ ਇਲਾਵਾ ਅਸੀਂ ਸਕੂਲ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕੀਤੀ। ਉਹਦੇ ਬਾਕੀਆਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਅਸੀਂ ਜਿਹੜੇ ਹੈਗੇ ਇਹਦੇ 'ਚ ਅਸੀਂ ਮੈਕਸੀਮਮ ਕਪੈਸਿਟੀ ਨਾਲ ਜਿਹੜੇ ਹੈਗੇ ਮਲਟੀਪਲ SHOs ਜੋ ਹੈਗੇ ਟੈਕਨੀਕਲ ਹਿਊਮਨ ਇੰਟ ਤੇ ਅਸੀਂ ਲਏ ਸੀ। ਤੋ ਸਾਨੂੰ ਹਿਊਮਨ ਇੰਟ ਤੋਂ ਹੀ ਪਤਾ ਚੱਲਿਆ ਬਾਅਦ 'ਚ ਕਿ ਬਈ ਇਹ ਕੁੜੀਆਂ ਦੀ ਲੋਕੇਸ਼ਨ JNK ਦੀ ਮਿਲੀ ਹੈ। ਤੋ ਇਮੀਡੀਏਟਲੀ ਅਸੀਂ ਰਾਬਤਾ ਕਰਕੇ JNK ਪੁਲਿਸ ਦੇ ਸਹਿਯੋਗ ਨਾਲ ਇਹਨਾਂ ਕੁੜੀਆਂ ਨੂੰ ਡਿਸਟ੍ਰਿਕਟ ਰਿਆਸੀ ਤੋਂ ਅਸੀਂ ਉਹਨਾਂ ਨੂੰ ਰਿਕਵਰ ਕੀਤਾ ਹੈ। ਅੱਛਾ, ਇਹਨਾਂ ਨੂੰ ਇਹ ਆਈਡੀਆ ਕਿਵੇਂ ਆਇਆ ਕਿ ਸਕੂਲ ਦੀ ਦੀਵਾਰ ਟੱਪ ਕੇ? ਇਹਦਾ ਤਾਂ ਐਜ ਆਫ ਨਾਓ ਕੁੜੀਆਂ ਜਸਟ ਆਈ ਹੈਗੀ, ਬਾਕੀ ਜਿਹੜਾ ਤਫਤੀਸ਼ ਦਾ ਸਬਜੈਕਟ ਹੈ ਕਿ ਤਫਤੀਸ਼ 'ਚ ਸਾਹਮਣੇ ਆਏਗਾ ਕਿ ਵੀ ਕੀ ਕਿਸ ਹਿਸਾਬ ਨਾਲ। ਸਰ, ਕੋਈ ਲੈ ਕੇ ਗਿਆ ਸੀ ਜਾਂ ਫਿਰ ਲੜਕੀਆਂ ਆਪ ਹੀ ਗਈਆਂ ਸੀ? ਕੁਛ ਮੁੱਢਲੀ ਇਨਫੋਰਮੇਸ਼ਨ 'ਚ ਕੁਛ ਆਇਆ ਹੋਵੇ? ਦੇਖੋ, ਪ੍ਰਾਈਮਰੀ ਫਿਸਾਈ ਤੋਂ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਹੋਈ ਹੈ, ਲੜਕੀਆਂ ਆਪਣੀ ਮਰਜ਼ੀ ਨਾਲ ਹੀ ਜਿਹੜੀ ਗਈ ਸੀ। ਬਟ ਚੂੰਕਿ ਤੁਸੀਂ ਵੀ ਜਾਣਦੇ ਹੋਗੇ ਕਿ ਇਹਦੇ 'ਚ ਜਿਹੜਾ ਵੀ ਲੀਗਲ ਪ੍ਰੋਸੈਸ ਦੇ ਅਕੋਰਡਿੰਗ ਅਸੀਂ ਜਿਹੜੀ ਕਾਰਵਾਈ ਬਣਦੀ ਹੈਗੀ, ਅਸੀਂ ਉਸ ਹਿਸਾਬ ਨਾਲ ਜਿਹੜਾ ਹੈਗਾ ਕਾਰਵਾਈ ਕੀਤੀ ਹੈ। ਪੇਰੈਂਟਸ ਦੇ ਸਪੋਰਟ ਕਰ ਦਿੱਤੀਆਂ ਬੱਚੀਆਂ ਹੋਣੇ? ਹਾਂਜੀ ਹਾਂਜੀ ਹਾਂਜੀ, ਵੀ ਐਜ ਆਫ ਨਾਓ ਅਸੀਂ ਉਹਨਾਂ ਨੂੰ ਜੁਵੇਨਾਈਲ ਕੋਰਟ 'ਚ ਪੇਸ਼ ਕਰਾਂਗੇ, ਉਸ ਤੋਂ ਬਾਅਦ ਜਿਹੜਾ ਹੈਗਾ ਪੇਰੈਂਟਸ ਦੀ ਜਿਹੜੀ ਸਪੁਰਦਗੀ ਹੈ ਉਹ ਕਰਾਂਗੇ। ਦੋਨੋਂ ਸਹੇਲੀਆਂ ਦੇ? ਦੋਨੋਂ ਸਕੂਲ ਦੀ, ਹਾਂ ਦੋਨੋਂ ਸਕੂਲ ਦੀ ਇੱਕ ਹੀ ਕਲਾਸ 'ਚ ਪੜ੍ਹਨ ਵਾਲੀ। ਅੱਛਾ, ਇਹ ਕਰਦਿਆਂ ਜਦੋਂ ਇਹ ਗਈਆਂ ਜਿਵੇਂ ਵੈਸ਼ਨੋ ਦੇਵੀ ਗਈਆਂ ਹੈਗੀਆਂ ਨੇ, ਇਹਨਾਂ ਨੇ ਦੱਸਿਆ ਕਿ ਇਹ ਕਿਹਨਾਂ ਦੇ ਨਾਲ ਗਈਆਂ ਸੀ, ਕਿਉਂ ਗਈਆਂ ਸੀ? ਐਜ ਆਫ ਨਾਓ ਅਸੀਂ ਇਸ ਸਟੇਜ 'ਤੇ ਅਸੀਂ ਇਸ ਬਾਰੇ ਕੁਛ ਵੀ ਨਹੀਂ ਦੱਸ ਸਕਦੇ, ਕਿਉਂਕਿ ਅਸੀਂ ਉਹਨਾਂ ਨੂੰ ਰਿਕਵਰ ਕਰਕੇ ਇੱਥੇ ਲਿਆਏ ਹੈਗੇ, ਬਾਅਦ 'ਚੋਂ ਜਿਹੜਾ ਪੁੱਛਗਿੱਛ ਆਏਗੀ ਉਹਦੇ 'ਚ ਅਕੋਰਡਿੰਗਲੀ ਅਸੀਂ ਕਰਾਂਗੇ। ਸਕੂਲ ਪ੍ਰਸ਼ਾਸਨ ਨੂੰ ਇਨਫੋਰਮ ਕਰ ਦਿੱਤਾ ਗਿਆ ਕਿ ਲੜਕੀਆਂ ਇੱਥੋਂ ਮਿਲ ਗਈਆਂ ਨੇ? ਸਕੂਲ ਪ੍ਰਸ਼ਾਸਨ ਨੂੰ ਇਨਫੋਰਮ ਕਰ ਦਿੱਤਾ, ਪਰ ਸਕੂਲ ਦੇ ਜਿਹੜੇ ਐਡਮਿਨਿਸਟ੍ਰੇਟਰ ਆ ਉਹਨਾਂ ਨੂੰ। ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਪੂਰਾ ਲੀਡ ਕਿਵੇਂ ਮਿਲੀ ਜਿਹੜੀ? ਓਕੇ ਭਾਈ, ਠੀਕ ਹੈ ਸਰ।